ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਅਜੀਤ ਟੀ ਵੀ ਅਤੇ ਮੈਂ ਹਾਂ ਨਾਇਬ ਸਿੰਘ ਸਿੱਧੂ। ਅੱਜ ਪਹੁੰਚੇ ਹੋਏ ਅਸੀਂ ਬਠਿੰਡਾ ਦੇ ਪਿੰਡ ਭਾਈ ਰੂਪਾ ਵਿੱਚ, ਜਿੱਥੇ ਕਿ ਲੋਕ ਕਹਿੰਦੇ ਹੈਗੇ ਜਿਹੜੇ ਨੌਜਵਾਨ ਹੈ ਉਹ ਪੜ੍ਹ ਲਿਖ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਹਨ। ਜਦੋਂ ਵੀ ਪਲੱਸ ਟੂ ਕਰਦਾ ਬੱਚਾ ਤਾਂ ਪਹਿਲੇ ਸੋਚ ਲੈਂਦਾ ਕਿ ਮੈਂ ਆਈਲੈਟਸ ਕਰੂੰਗਾ ਅਤੇ ਕਨੇਡਾ ਜਾਊਂ, ਅਮਰੀਕਾ ਜਾਊਂ, ਆਸਟ੍ਰੇਲੀਆ ਜਾਊਂ। ਪਰ ਤੁਹਾਨੂੰ ਦਿਖਾ ਦਈਏ ਕਿ ਜਿਹੜਾ ਇਹ ਪਲਾਂਟ ਹੈਗਾ, ਇਹ ਇੱਕ ਗੋਡ ਦਾ ਪਲਾਂਟ ਹੈਗਾ, ਇਹ ਇੱਕ ਨੌਜਵਾਨ ਵੱਲੋਂ, ਪੜ੍ਹੇ ਲਿਖੇ ਨੌਜਵਾਨ ਵੱਲੋਂ ਚਲਾਇਆ ਜਾ ਰਿਹਾ ਹੈਗਾ। ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਇਹ ਪੜ੍ਹਿਆ ਲਿਖਿਆ ਨੌਜਵਾਨ, ਇੱਕ ਜਿਹੜਾ ਕਿ ਆਪਣਾ ਵਿਰਾਸਤੀ ਕੰਮ ਸੀਗਾ ਖੇਤੀ ਦਾ, ਉਸ ਨੂੰ ਸ਼ੁਰੂ ਕਰਿਆ, ਉਸ ਨੂੰ ਅਪਗ੍ਰੇਡ ਕਰਿਆ, ਹੋਰ ਵਧਾਇਆ ਹੈਗਾ। ਤੁਸੀਂ ਜਿਵੇਂ ਦੇਖ ਰਹੇ ਹੋ ਕੈਮੀਕਲ ਰਹਿਤ ਗੁੜ, ਇੱਥੇ ਵੀਰ ਵੱਲੋਂ ਜਿਹੜੇ ਕੈਮੀਕਲ ਰਹਿਤ ਗੁੜ, ਹੋਰ ਬਹੁਤ ਚੀਜ਼ਾਂ ਬਣਾਈਆਂ ਜਾਂਦੀਆਂ, ਜਿਵੇਂ ਸ਼ੱਕਰ ਹੈਗੀ, ਹਲਦੀ ਸ਼ੱਕਰ ਹੈ, ਸੌਂਫ ਗੁੜ ਹੈ, ਡਰਾਈ ਫਰੂਟ ਗੁੜ ਹੈ। ਅੱਜ ਤੱਕ ਤੁਸੀਂ ਦੇਖਦੇ ਹੋ ਉਹਦੇ ਗੁੜ ਹੈ ਜਾਂ ਸਾਦੇ ਗੁੜ ਆਉਂਦੇ ਸੀਗੇ ਜਾਂ ਮਸਾਲਿਆਂ ਵਾਲੇ ਗੁੜ ਆਉਂਦੇ ਸੀ, ਪਰ ਇਹਨਾਂ ਵੱਲੋਂ ਇੱਕ ਮਤਲਬ ਕਿ ਮਠਿਆਈ ਦੀ ਤਰ੍ਹਾਂ ਹੀ, ਬਰਫੀ ਦੀ ਤਰ੍ਹਾਂ ਬਣਾਏ ਗਏ ਹੈਗੇ। ਮੂੰਗਫਲੀ ਵਾਲਾ ਗੁੜ, ਹਲਦੀ ਗੁੜ, ਚਾਕਲੇਟ, ਸ਼ੱਕਰ ਵੀ ਬਹੁਤ ਕੁਛ ਪਾ ਕੇ ਇਹਨਾਂ ਵੱਲੋਂ ਇਹ ਗੁੜ ਤਿਆਰ ਕੀਤੇ ਗਏ ਆ। ਆਪਾਂ ਵੀਰ ਨਾਲ ਗੱਲ ਕਰਦੇ ਹਾਂ, ਅੰਦਰ ਚੱਲਦੇ ਹਾਂ ਆਪਾਂ। ਤੁਸੀਂ ਦੇਖ ਰਹੇ ਹੋਗੇ ਵੀ ਇੱਧਰ ਵੀ ਜਿਹੜੇ ਗੁੜ ਦੇ ਭੰਡਾਰ ਹੈਗੇ ਵੀਰ ਕੋਲ, ਸ਼ੱਕਰ ਹੈਗੇ। ਆਪ ਗੱਲ ਕਰਦੇ ਹਾਂ ਵੀਰ ਨਾਲ ਵੀ ਕੀ ਗੱਲ ਹੈਗੀ ਵੀ ਤੁਸੀਂ ਜਿਹੜਾ ਇਹ ਪੜ੍ਹ ਲਿਖ ਕੇ ਵੀ ਇੱਥੇ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਗੁਰਚੇਤ ਸਿੰਘ ਹੈ ਜੀ। ਪਹਿਲਾਂ ਆਪਾਂ ਗੱਲ ਕਰ ਲਈਏ, ਤੁਸੀਂ ਕਿੰਨੇ ਕੁ ਪੜ੍ਹੇ ਹੋਗੇ, ਕਿੰਨੀ ਕੁਆਲੀਫਿਕੇਸ਼ਨ? ਮੈਂ ਪੋਸਟ ਗ੍ਰੈਜੂਏਟ ਹਾਂ ਜੀ। ਕੀ ਕਾਰਨ ਲੋਕ ਜਿਹੜੇ ਜਦੋਂ ਵੀ ਦੱਸ ਕੇ ਉਹਦੀ ਕਹਿਣ ਲੱਗ ਜਾਂਦੇ ਜੀ ਪਲੱਸ ਟੂ ਕਰੂੰਗਾ, ਆਈਲੈਟਸ ਕਰੂੰਗਾ ਅਤੇ ਮੈਂ ਫੌਰਨ ਹੀ ਚਲਾ ਜਾਣਾ ਹੈਗਾ, ਇੱਥੇ ਰਹਿਣਾ ਨਹੀਂ? ਅਤੇ ਪਰ ਤੁਸੀਂ ਪੋਸਟ ਗ੍ਰੈਜੂਏਟ ਹੋ ਕੇ ਵੀ ਖੇਤੀ ਦਾ ਕੰਮ, ਵਿਰਾਸਤੀ ਹੈ ਜਿਹੜਾ ਕੰਮ ਸੀ ਉਹ ਕਰ ਰਹੇ ਹੋ? ਇਹ ਮੈਂ ਪਲੱਸ ਟੂ ਤੱਕ ਸੀਗਾ ਜਦੋਂ ਜੀ, ਉਦੋਂ ਤੋਂ ਹੀ ਖੇਤੀ ਦਾ ਕੰਮ ਨਾਲ ਕਰ ਰਿਹਾ ਸੀ। ਉਦੋਂ ਤੋਂ ਖੇਤੀ ਨਾਲ ਪਿਆਰ ਸੀਗਾ, ਮਤਲਬ ਆਪਦਾ ਕੰਮ ਕਰਦੇ ਸੀਗੇ, ਤਾਂ ਉਸੇ ਕੰਮ ਨੂੰ ਹੀ ਮਤਲਬ ਅੱਗੇ ਵਧਾਈ ਗਏ। ਅਤੇ ਅੱਜ ਹੁਣ ਗੁੜ ਦਾ ਪਲਾਂਟ ਵੀ ਲਾ ਲਿਆ ਕੇ ਇੱਥੇ, ਪਹਿਲਾਂ ਗੰਨੇ ਦਾ ਕੰਮ ਕਰਦੇ ਸੀ ਔਰ ਹੁਣ ਗੁੜ ਦਾ ਕੰਮ ਕਰਨ ਲੱਗੇ। ਜਿਵੇਂ ਤੁਸੀਂ ਕਾਲਜ 'ਚ ਪੜ੍ਹਦੇ ਸੀ ਅਤੇ ਯਾਰ ਦੋਸਤ ਵੀ ਹੋਣਗੇ, ਉਹ ਕਹਿੰਦੇ ਹੋਣਗੇ ਕਿੱਧਰ ਤੁਸੀਂ ਪੰਗੇ 'ਚ ਪੈ ਗਿਆ, ਕਿਉਂ ਨਹੀਂ ਕੋਈ ਨੌਕਰੀ ਕੀਤੀ ਅਤੇ ਜਾਂ ਬਾਹਰ ਕਿਉਂ ਨਹੀਂ ਗਿਆ? ਵਿੱਚ ਕਹਿੰਦੇ ਸੀਗੇ, ਪਰ ਹੁਣ ਜੇ ਆਪਦੀ ਮਨ ਦੀ ਗੱਲ ਸੁਣਦੇ ਸੀਗੇ ਕਿਸੇ ਦੀ ਨਹੀਂ ਸੁਣੀ। ਮੇਰਾ ਆਪਦਾ ਜਿਹੜਾ ਜੀ ਕਰਦਾ ਸੀ ਕਰਨ ਨੂੰ ਉਹ ਕੰਮ ਕੀਤਾ ਹੈਗਾ, ਕੋਈ ਕਿਸੇ ਦੀ ਸੁਣੀ ਨਹੀਂ ਗੱਲ। ਮਨ ਕੀ ਕਹਿੰਦਾ ਸੀ ਵੀ ਉੱਥੇ ਜਾ ਕੇ ਵੀ ਆਹੀ ਕੰਮ ਕਰਨੇ ਅਤੇ ਇੱਥੇ ਆਪਦੇ ਘਰੇ ਨਾ ਕਰ ਸਕਦਾ ਜੀ? ਉੱਥੇ ਜਾ ਕੇ ਤੂੰ ਮਾੜੇ ਕੰਮ ਕਰਨੇ ਪੈ ਸਕਦੇ, ਕੋਈ ਨਾ ਕੋਈ ਕੁਛ ਵੀ ਆਪਾਂ ਹੁਣ ਜਿਵੇਂ ਸੁਣਦੇ ਹਾਂ ਅੱਜ ਕੱਲ੍ਹ ਬਾਹਰ ਵਾਲਿਆਂ ਦੀਆਂ, ਕਿੰਨੇ ਕਿੰਨੇ ਕੁਛ ਮਾੜੇ ਕੰਮ ਕਰਦੇ ਆ ਜਾਂ ਕੁਛ ਵੀ ਕਰਦੇ ਹੈਗੇ। ਵਿੱਚ ਕਾਫੀ ਠੀਕ ਵੀ ਹੈਗੇ, ਵਧੀਆ ਵੀ ਆ, ਪਰ ਜਿੱਥੇ ਹੈਗੇ ਵੀ ਹੁਣ ਸੰਤੁਸ਼ਟੀ ਹੈ ਇਸ ਕੰਮ ਦੀ। ਹੁਣ ਜਿਵੇਂ ਤੁਸੀਂ ਬਾਹਰ ਲਿਖਿਆ ਹੈਗਾ ਵੀ ਗੁੜ, ਚੌਕਲੇਟ ਵਾਲਾ ਗੁੜ ਜਾਂ ਹੋਰ ਵੀ ਬਹੁਤ ਕਿਸਮ ਦੇ ਗੁੜ ਬਣਾਏ ਹੈਗੇ, ਮਾੜਾ ਸਾਨੂੰ ਦਿਖਾਓ ਵੀ ਕਿਸ ਤਰ੍ਹਾਂ ਦੇ ਅਤੇ ਉਹ ਕਿਹਾ ਕੀ ਚੀਜ਼? ਇਹ ਗੁੜ ਤੁਸੀਂ ਬਣਾਇਆ, ਛੋਟੇ ਛੋਟੇ ਗੁੜ ਹੈਗੇ, ਇਹ ਕਿਸ ਇਹਦਾ ਪੀਸ ਬਣਾਇਆ ਜੀ? ਗੁੜ ਦੇ ਛੋਟੇ ਛੋਟੇ, ਇਹ 4 ਗ੍ਰਾਮ ਤੋਂ ਲੈ ਕੇ 20 ਗ੍ਰਾਮ ਤੱਕ ਪੀਸ ਆ ਗੁੜ ਦਾ। ਅਤੇ ਔਰ ਇਹਨੂੰ ਅੱਗੇ ਬੱਚੇ ਖਾਂਦਾ ਨਹੀਂ ਸੀ, ਬੱਚੇ ਗੁੜ ਨਹੀਂ ਸੀ ਖਾਂਦੇ, ਹੁਣ ਵੀ ਕਾਫੀ ਹੈਗੇ ਵੀ ਨਹੀਂ ਖਾਂਦੇ ਗੇ। ਇਹਨੂੰ ਸ਼ੇਪ ਹੀ ਅਸੀਂ ਦਿੱਤੀ ਆ ਵੀ ਟੋਫੀ ਦੇ ਸਾਈਜ਼ ਦੀ ਸ਼ੇਪ ਦਿੱਤੀ ਆ। ਹਾਂਜੀ, ਹੁਣ ਮੇਰਾ ਆਪਦਾ ਬੱਚਾ ਹੈਗਾ ਉਹ 3 ਕੁ ਸਾਲ ਦਾ, ਉਹ ਆ ਕੇ ਇਹੀ ਡੱਬਾ ਚੱਕਦਾ ਔਰ ਇਹਨੂੰ ਛੋਟੇ ਛੋਟੇ ਪੀਸ ਕੱਢ ਕੇ ਵਿੱਚ ਖਾ ਜਾਂਦਾ ਗਾ। ਚੌਕਲੇਟ ਵਗੈਰਾ ਉਹ ਖਾਂਦਾ ਸੀਗਾ ਜ਼ਿਆਦਾ, ਤਾਂ ਹੁਣ ਉਹ ਗੁੜ ਦੇ ਹੋ ਗਿਆ ਉਹ। ਜਿਵੇਂ ਤੁਸੀਂ ਗੁੜ ਬਣਾਉਣੇ, ਇਹਨਾਂ 'ਚ ਕੋਈ ਕੈਮੀਕਲ ਕਿਸ ਤਰ੍ਹਾਂ ਦਾ ਪਾਉਣੇ? ਲੋਕ ਕਹਿੰਦੇ ਵੀ ਕੈਮੀਕਲ ਬਹੁਤ ਪੈਂਦੇ ਹੈਗੇ। ਨਹੀਂ, ਇਹਦੇ ਵਿੱਚ ਕੋਈ ਕੈਮੀਕਲ ਨਹੀਂ ਵਰਤਦੀ, ਇਹਦੀ ਤਾਂ ਜਿਹੜੀ ਆਪਣੀ ਮਤਲਬ ਮੈਲ ਉਤਾਰਦੇ ਹਾਂ, ਭਿੰਡੀ ਨਾਲ ਸਾਫ਼ ਕਰਦੇ ਹਾਂ, ਉਹ ਭਿੰਡੀ ਵੀ ਅਸੀਂ ਆਪਦੀ ਬੀਜਦੇ ਹਾਂ। ਜਿਹੜਾ ਤੁਸੀਂ ਗੰਨਾ ਲਿਆਉਣੇ ਹੋਗੇ, ਇਹ ਗੰਨਾ ਮੁੱਲ ਜੋ ਲੈ ਕੇ ਆਉਣੇ ਕੁਝ ਆਪਦੀ ਖੇਤੀ ਕਰਦੇ ਹੋ? ਗੰਨੇ ਦੀ ਆਪਦੀ ਖੇਤੀ ਕਰਦੇ ਹਾਂ ਜੀ, ਆਪਦਾ 13 ਕਿੱਲੇ ਗੰਨਾ ਬੀਜਿਆ ਵਾ। ਔਰ ਦੂਸਰੀ ਗੱਲ ਵੀ ਜਿਹੜਾ ਇਹਦੇ 'ਚ ਰੇਹ ਸਪਰੇ ਹੈਗਾ ਉਹ ਨਾ ਮਾਤਰ ਪਾਉਣੇ ਆ, ਮਤਲਬ ਜਿਹੜਾ ਜਮਾਂ ਹੀ ਨਹੀਂ ਸਰਦਾ ਉਹ ਪਾਉਣੇ ਆਗੇ, ਵੈਸੇ ਨਾ ਮਾਤਰ ਰੇਹ ਪਾਉਣੇ ਅਸੀਂ। ਜਿਵੇਂ ਆਪਣੇ ਦੇਖਿਆ ਗਿਆ ਸੀਗਾ ਪੰਜਾਬ 'ਚ ਕਈ ਸਾਰੇ ਹਿੰਦੁਸਤਾਨ 'ਚ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਪੈਸਟੀਸਾਈਡ ਪੈ ਰਹੇ, ਸਪਰੇਹਾਂ ਬਹੁਤ ਹੋ ਰਹੀਆਂ ਹੈਗਾ, ਅਤੇ ਤੁਸੀਂ ਜੇ ਰੇਹਾਂ ਸਪਰੇਹਾਂ ਵਗੈਰ ਕਿਵੇਂ ਖੇਤੀ ਹੁੰਦੀ ਹੈ? ਵੈਸੇ ਹੋ ਹੀ ਜਾਂਦੀ ਹੈ ਜੀ, ਹੁਣ ਇਹ ਅਸੀਂ ਰੂੜੀ ਦਾ ਰੇਹ ਖਾਦ ਪਾਉਣੇ ਆ ਇਹਦੇ ਵਿੱਚ, ਗਊਸ਼ਾਲਾ 'ਚੋਂ ਰੂੜੀ ਲੈ ਲੈਂਦੇ ਹਾਂ, ਬਸ ਉਹੀ ਇਕੱਲੀ ਪਾਉਣੇ ਆ ਇਹਦੇ ਵਿੱਚ। ਔਰ ਦੂਸਰੀ ਜਿਹੜੀ ਯੂਰੀਆ DAP ਆ ਉਹਦੀ ਖਾਸ ਲੋੜ ਨਹੀਂ ਪੈਂਦੀ ਜੀ। ਜੇ ਕੋਈ ਨੂੰ ਬਿਮਾਰੀ ਲੱਗ ਜਾਵੇ ਕੁਛ, ਫਿਰ ਉਹਦਾ ਕਿਸ ਤਰ੍ਹਾਂ ਲੱਗ ਜਾਂਦਾ? ਉਹਦੇ ਲਈ ਬਸ 1 ਕੋਰਾ ਜਾਂਦਾ ਸਪਰੇ ਕਰਦੇ ਹਾਂ ਜੀ, ਹੋਰ ਕੋਈ ਇਹਦੇ 'ਤੇ ਜ਼ਿਆਦਾ ਸਪਰੇ ਨਹੀਂ ਕਰਦੇ ਅਸੀਂ। ਜਿਹੜੇ ਗੁੜ ਹੋਰ ਤੁਸੀਂ ਬਣਾਇਆ, ਜਿਵੇਂ ਆਹ ਬਣਾ ਛੱਡਿਆ ਕਿ ਡਰਾਈ ਫਰੂਟ ਵਾਲਾ ਗੁੜ ਹੈਗਾ ਜਾਂ ਚੌਕਲੇਟ ਵਾਲਾ ਹੈਗਾ ਜਾਂ ਮੂੰਗਫਲੀ ਵਾਲਾ ਗੁੜ ਹੈ,
ये किस तरह के जिवें बर्फी टाइप ही लगता सानू तां इक किस्म दा लगता सी वी बर्फी हैगी किसे किस्म दी इह। ये ड्राई फ्रूट वाला गुड़ है जी, ये पैकिंग की कीती हुई है हुण इहदी। सानू तां इह लग रहा सीगा वी इह जिवें कोई बर्फी दा होवे वी किसे हलवाई की दुकान पर खड़े हो गए, सानू तां इस तरह लग्या सीगा। पर ये थोड़ा बर्फी नालों भी अगे है जी, हुण तां जिहड़ा चल रहा है ना हुण इह ड्राई फ्रूट वाला गुड़ चलदा है। ਜਿਵੇਂ ਬਰਫੀ 'ਚ ਤਾਂ ਕਹਿੰਦੇ ਵੀ ਕੋਈ ਕੈਮੀਕਲ ਵੀ ਪੈਂਦੇ, ਹੋਰ ਵੀ ਨੁਕਸਾਨਦੇ ਆ ਕਈ ਵਾਰੀ ਖਾਣ ਦੀ ਥਾਂ 'ਤੇ, ਅਤੇ ਇਹਦੇ ਕੀ ਫਾਇਦੇ ਹੈ? ਇਹਦੇ ਫਾਇਦੇ ਤਾਂ ਮਤਲਬ ਟੇਸਟ ਵਾਈਜ਼ ਪੂਰਾ ਬੈਟਰ ਹੈਗਾ, ਔਰ ਦੂਸਰੀ ਗੱਲ ਇਹਦੇ ਵਿੱਚ ਕੋਈ ਖੰਡ ਜਾਂ ਫਿਰ ਕੁਛ ਵੀ ਇਸ ਤਰ੍ਹਾਂ ਦਾ, ਬਰਫੀ 'ਚ ਤਾਂ ਆਪਾਂ ਖੰਡ ਵੀ ਜ਼ਿਆਦਾ ਹੋ ਜਾਂਦੀ ਹੈਗੀ ਤਾਂ ਉਹ ਵੀ ਨੁਕਸਾਨ ਕਰਦੀ ਆ। ਇਹਦੇ ਵਿੱਚ ਕੋਈ ਇਹੋ ਜਿਹਾ ਨਾ ਤਾਂ ਕੋਈ ਕੈਮੀਕਲ ਮਿਕਸ ਆ, ਇਹਦੇ ਵਿੱਚ ਤਾਂ ਡਰਾਈ ਫਰੂਟ ਆ, ਦੇਸੀ ਘਿਓ ਹੈਗਾ, ਬਸ ਇਹੋ ਜਿਹਾ ਕੁਛ ਹੀ ਹੁੰਦਾ ਜੀ। ਬਰਫੀ ਟਾਈਪ ਲਾਲ ਜਿਹਾ ਹੋ ਗਿਆ, ਇਹ ਇੱਕ ਕਾਲਾ ਕਾਲਾ ਜਿਹਾ ਗੁੜ ਪਿਆ ਗਿਆ ਜਮਾਂ ਹੀ। ਇਹ ਗੁੜ ਦੇ ਵਿੱਚ ਨਾ ਜਦੋਂ ਆਪਾਂ ਕੁਛ ਮਿਕਸ ਕਰਦੇ ਹਾਂਗੇ, ਕੋਈ ਡਰਾਈ ਫਰੂਟ ਮਿਕਸ ਕਰਦੇ ਹਾਂ, ਕੋਈ ਹਲਦੀ ਪਾਉਂਦੇ ਹਾਂ ਤਾਂ ਔਲਾ ਪਾਉਂਦੇ ਹਾਂ ਤਾਂ ਉਹ ਆਪਾਂ ਆਪਣਾ ਕਲਰ ਮਤਲਬ ਦੇ ਦਿੰਦਾ, ਚੋਕਲੇਟ ਵਾਲਾ ਤਾਂ ਉਹ ਚੋਕਲੇਟ ਹੀ ਕਲਰ ਹੋ ਜਾਂਦਾ ਜੀ। ਇਹ ਸਿੰਪਲ ਗੁੜ ਹੈ, ਜਿਵੇਂ ਇਹ ਜਮਾਂ ਹੀ ਬਲੈਕ ਪੈ ਹੈਗੇ ਅਤੇ ਹੋਰ ਆਰਡਰ ਵੀ ਆ, ਜਿਵੇਂ ਆਪਾਂ ਨੂੰ ਕੋਈ ਦਾਣੇ 'ਚ ਲੱਗਦੇ ਆ ਵੀ ਕਾਸੇ ਦੇ। ਇਹ ਉੱਪਰ ਹੈਗਾ ਜੀ ਔਲੇ ਵਾਲਾ ਗੁੜ, ਔਲੇ ਦੇ ਵਿੱਚ ਆਇਰਨ ਜ਼ਿਆਦਾ ਹੁੰਦਾ ਔਰ ਗੁੜ ਦੇ ਵਿੱਚ ਵੀ ਹੁੰਦਾ ਤਾਂ ਇਹ ਕਲਰ ਇਹਦਾ ਨੈਚੁਰਲੀ ਕਾਲਾ ਹੋ ਜਾਂਦਾ ਜੀ। ਜਿਵੇਂ ਇਹ ਕਿ ਤੁਸੀਂ ਬਣਾਉਂਦੇ ਹੋ ਡਰਾਈ ਫਰੂਟ ਵਾਲੇ ਆ ਜਾਂ ਹੋਰ ਹੈਗੇ, ਇਹਨਾਂ ਦੇ ਰੇਟ ਵੀ ਕਿੰਨੇ ਕਿੰਨੇ? ਡਰਾਈ ਫਰੂਟ ਵਾਲਾ ਹੁੰਦਾ ਜੀ 200 ਰੁਪਏ ਕਿਲੋ, ਔਰ ਦੂਸਰੇ ਔਲੇ ਵਾਲੇ ਹੁੰਦੇ ਜਾਂ ਹਲਦੀ ਵਾਲਾ ਗੁੜ ਹੋ ਗਿਆ, ਨਾਰੀਅਲ ਵਾਲਾ ਹੋ ਗਿਆ, ਇਹ 120-130 ਰੁਪਏ ਦੀ ਰੇਂਜ 'ਚ ਹੁੰਦੇ। ਹੁਣ ਤੁਸੀਂ ਇਹ ਸ਼ੱਕਰ ਹੈਗੀ ਇਹ ਵੀ ਹਲਦੀ ਵਾਲੀ ਸ਼ੱਕਰ ਕਹਿ ਰਹੇ ਹੋਗੇ, ਵੀ ਇਹਦੇ ਕੀ ਫਾਇਦਾ ਹੈਗਾ ਕਿ ਵੀ ਜੇ ਹਲਦੀ ਪਾ ਕੇ ਜਿਹੜੀ? ਹਲਦੀ ਵਾਲੀ ਸ਼ੱਕਰ ਦੇ ਵਿੱਚ ਇੱਕ ਤਾਂ ਜੀ ਹਲਦੀ ਮਿਕਸ ਹੁੰਦੀ ਆ, ਇੱਕ ਦੇਸੀ ਘਿਓ ਪੈਂਦਾ, ਔਰ ਤੀਸਰਾ ਹੈਗਾ ਦੁੱਧ ਮਿਕਸ ਹੁੰਦਾ ਇਹਦੇ ਵਿੱਚ। ਇਹਨੂੰ ਦੁੱਧ 'ਚ ਆਪਾਂ ਰਾਤ ਨੂੰ ਦੁੱਧ ਪੀਂਦੇ ਹਾਂ ਤਾਂ ਦੁੱਧ ਦੇ ਵਿੱਚ ਜਿੰਨਾ ਆਪਣਾ ਮਿੱਠਾ ਪਾਉਣਾ ਉਸ ਹਿਸਾਬ ਨਾਲ ਇਹਦੀ ਕੁਆਂਟਿਟੀ ਪਾ ਕੇ ਅਤੇ ਇਹਨੂੰ ਆਪਾਂ ਪੀ ਲਓ ਤਾਂ ਮਤਲਬ ਜਿਹੜਾ ਕੋਈ ਆਪਣਾ ਇਮਿਊਨ ਸਿਸਟਮ ਆ ਉਹ ਵੀ ਠੀਕ ਕਰਦੀ ਆ ਹਲਦੀ। ਔਰ ਦੂਸਰੀ ਗੱਲ ਜੇ ਕੋਈ ਹੱਡ ਜੋੜ ਦਰਦ ਕਰਦੇ ਆ ਕਿਸੇ ਦੇ, ਉਹ ਵੀ ਉਹਦੇ ਵੀ ਬਹੁਤ ਫਰਕ ਪੈਂਦਾ ਹੈ। ਜਿਹੜੇ ਕੋਈ ਦਰਦ ਹੈਗਾ ਉਹਨਾਂ ਨੂੰ ਵੀ ਇਹ ਚੁੱਕ ਲੈਂਦੇ? ਹਾਂਜੀ, ਪੂਰਾ ਫਰਕ ਪੈਂਦਾ ਇਹਦਾ। ਜਿਵੇਂ ਇਹ ਗੁੜ ਹੈਗੇ ਇਹ ਕਿਸ ਤਰ੍ਹਾਂ ਦੇ ਹੈਗੇ? ਅਤੇ ਇੱਧਰ ਜਿਹੜੇ ਮਸਾਲੇ ਵੀ ਤੁਸੀਂ ਰੱਖੇ ਹੈਗੇ ਇਹ ਖੁਦ ਆਪ ਤਿਆਰ ਕਰਦੇ ਹੋਗੇ ਜਾਂ ਇਹ ਲੈ ਕੇ ਆਉਣੇ ਕਿਸੇ? ਨਹੀਂ, ਇਹ ਇੱਥੇ ਹੀ ਪਲਾਂਟ ਲੱਗਿਆ ਹੋਇਆ ਜੀ, ਇਹ ਸਾਰਾ ਹਲਦੀ, ਲੂਣ, ਮਿਰਚ, ਮਸਾਲਾ, ਬੇਸਣ ਵਗੈਰਾ ਸਾਰਾ ਕੁਛ ਇੱਥੇ ਤਿਆਰ ਕਰਦੇ ਹਾਂ। ਆਪਣੇ ਤਾਂ ਛੋਲੇ ਬਹੁਤ ਘੱਟ ਹੁੰਦੇ, ਛੋਲੇ ਜਾਂ ਛੋਲੇ ਇਹ ਆਪ ਹੀ ਤਿਆਰ ਕਰਵਾਉਣੇ ਜੀ ਅਸੀਂ ਇੱਥੇ। ਜਿਹੜਾ ਇਹ ਗੁੜ ਵਾਲੇ ਛੋਲੇ ਹੈਗੇ ਇਹ ਕਿਸ ਤਰ੍ਹਾਂ ਦੇ ਹੈਗੇ? ਬਾਜ਼ਾਰੀ ਵੀ ਮਿਲਦੇ ਆ ਪਰ ਉਹਨਾਂ ਦਾ ਰੰਗ ਥੋੜ੍ਹਾ ਜਿਹਾ ਹੋਰ ਰੰਗ ਦਾ ਹੁੰਦਾ, ਥੋੜ੍ਹਾ ਬੈਟ ਬੈਟ ਰੰਗ ਹੈਗੇ ਦਾ। ਉਹ ਜਿਹੜਾ ਬਾਜ਼ਾਰ 'ਚੋਂ ਆਪਾਂ ਇਹ ਲੈਂਦੇ ਨਾ ਗੁੜ ਵਾਲੇ ਚਨੇ, ਉਹਨਾਂ ਨੂੰ ਗੁੜ ਮਸਾਲੇ ਵਾਲਾ ਗੁੜ ਲੱਗਿਆ ਹੁੰਦਾ, ਕੱਲਾ ਰੰਗ ਵਾਲਾ ਗੁੜ ਲੱਗਿਆ ਹੁੰਦਾ ਤਾਂ ਉਹ ਰੰਗ ਇਹਨਾਂ ਦਾ ਕਲਰ ਵੀ ਲਾਲ ਹੋ ਜਾਂਦਾ। ਇਹਨੂੰ ਆਪਣਾ ਇੱਥੋਂ ਦਾ ਹੀ ਗੁੜ ਬਣਿਆ ਵਾ, ਉਹੀ ਇੱਥੇ ਹੀ ਲੱਗਿਆ ਵਾ, ਇਹਦੇ ਕੋਈ ਕੈਮੀਕਲ ਵਾਲਾ ਗੁੜ ਨਹੀਂ ਲੱਗਿਆ ਵਾ, ਅਸੀਂ ਸਿੰਪਲ ਆਹ ਗੁੜ ਲੱਗਿਆ ਵਾ ਇਹਦਾ, ਤਾਂ ਕਰਕੇ ਇਹਦਾ ਕਲਰ ਇੱਦਾਂ ਹੈਗਾ। ਬਾਕੀ ਦੂਸਰੀ ਗੱਲ ਉਹ ਥੋੜ੍ਹੇ ਸਖਤ ਹੁੰਦੇ ਆ ਚਣੇ ਖਾਣ 'ਚ, ਇਹਦੇ ਵਿੱਚ ਕੋਈ ਖੰਡ ਨਹੀਂ ਮਿਕਸ ਕੀਤੀ ਵੀ ਤਾਂ ਕਰਕੇ ਸਖਤ ਨਹੀਂ ਗਿਗੜੇ। ਅਤੇ ਜਿਹੜਾ ਆਹ ਵੀ ਗੁੜ ਜੇ ਆਪਾਂ ਦੇਖੀਏ ਬੜੇ ਮਤਲਬ ਕਿ ਜਿਵੇਂ ਟੋਫੀਆਂ ਟਾਈਪ ਹੈਗਾ, ਕੋਈ ਦਿਲ ਵਾਲਾ ਹੈਗਾ, ਕੋਈ ਗੋਲ ਬਣਾਏ ਹੈਗੇ, ਇਹ ਕਿਸ ਕਾਰਨ ਬਣਾਏ ਹੈਗੇ ਵੀ ਇਸ ਤਰ੍ਹਾਂ? ਇਹ ਬਸ ਉਹੀ ਮੈਂ ਬੱਚਿਆਂ ਦੇ ਖਾਣ ਲਈ ਗੁੜ ਹੈ ਜੀ, ਛੋਟਾ ਛੋਟੇ ਪੀਸ ਆ, ਆਮ ਨੋਰਮਲ ਨਹੀਂ ਖਾਂਦੇ ਗੇ ਤਾਂ ਇਹ ਹੁਣ ਟੋਫੀ ਦੀ ਸਮਝ ਕੇ ਇਹਨੂੰ ਖਾ ਜਾਂਦਾ ਬੱਚਾ। ਇਹ ਤੁਸੀਂ ਦੇਖ ਰਹੇ ਹੋ ਵੀਰ ਕੋਲ ਹਰੇਕ ਚੀਜ਼ ਦੀ ਚੀਜ਼ ਹੈਗੀ, ਘਾਟ ਵੀ ਹੈਗੀ ਹਰ ਕਿਸਮ ਦੇ, ਜਿਵੇਂ ਛੋਲੇ ਹੈਗੇ ਵਿੱਚ ਮਟਰ, ਹਰੇਕ ਕਿਸਮ ਦੀ ਚੀਜ਼ ਹੈ ਜਿਹੜੀ ਇੱਥੇ ਤਿਆਰ ਕੀਤੀ ਹੋਈ ਹੈਗੀ। ਇੱਥੋਂ ਤੱਕ ਕਿ ਜਿਹੜੇ ਮਸਾਲੇ ਵੀ ਹੈਗੇ, ਅਚਾਰ ਹੈਗੇ, ਉਹ ਵੀਰ ਵੱਲੋਂ ਆਪਦੇ ਤਿਆਰ ਕੀਤੇ ਹੋਏ ਆ, ਕੈਮੀਕਲ ਰਹਿਤ ਸਭ ਕੁਛ ਇੱਥੇ ਤਿਆਰ ਹੁੰਦਾ ਹੈਗਾ, ਅਤੇ ਇਹ ਤਿਆਰ ਵੀ ਖੁਦ ਆਪ ਕਰਦੇ ਆ। ਆਪਾਂ ਤੁਹਾਨੂੰ ਹੁਣ ਲੈ ਚੱਲ ਦਿਆਂਗੇ ਇਹਨਾਂ ਦੇ ਜਿੱਥੇ ਘਲਾੜਾ ਚੱਲਦਾ, ਜਿੱਥੋਂ ਗੁੜ ਤਿਆਰ ਹੁੰਦਾ ਆਪਾਂ ਉੱਥੇ ਚੱਲਦੇ ਹਾਂ, ਉਹ ਵੀ ਆਪਾਂ ਤੁਹਾਨੂੰ ਦਿਖਾਉਣੇਗੇ। ਅਸੀਂ ਹੁਣ ਪਹੁੰਚੇ ਹਾਂਗੇ ਜਿੱਥੇ ਕਿ ਇਹ ਗੁੜ ਤਿਆਰ ਕੀਤਾ ਜਾਂਦਾ ਵੀਰ ਵੱਲੋਂ, ਆਪਾਂ ਉੱਥੇ ਹੈ। ਇਹ ਤੁਸੀਂ ਦੇਖ ਰਹੇ ਹੋਗੇ ਵੀ ਇੱਥੇ ਜਿਹੜਾ ਇਹ ਪਹਿਲਾਂ ਰਸ ਆਉਂਦਾ ਹੈਗਾ ਇੱਥੇ ਸਾਫ਼ ਹੋ ਕੇ, ਉਦੋਂ ਬਾਅਦ ਅਗਲੇ ਜਿਹੜਾ ਕੜਾਹਾ ਹੈਗਾ ਇਸ ਕੜਾਹੇ 'ਚੋਂ ਆ ਕੇ ਅੱਗੇ ਜਾਂਦਾ ਹੈਗਾ ਜਿੱਥੇ ਕਿ ਗੁੜ ਤਿਆਰ ਹੁੰਦਾ, ਚਾਹਣੀ ਤਿਆਰ ਹੁੰਦੀ ਹੈ, ਅਤੇ ਉਸ ਤੋਂ ਬਾਅਦ ਅੱਗੇ ਜਿਹੜਾ ਇਹ ਕੱਢ ਦਿੱਤਾ ਜਾਂਦਾ ਜਿੱਥੇ ਕਿ ਗੁੜ ਤਿਆਰ ਹੁੰਦਾ ਹੈਗਾ। ਤੁਸੀਂ ਦੇਖ ਰਹੇ ਹੋ ਜਿਹੜਾ ਉਹ ਵੀਰ ਹੈਗਾ ਉਹ ਤਿਆਰ ਕਰ ਰਿਹਾ ਹੈਗਾ ਗੁੜ।
ਇਹ ਮਿਸਤਰੀ ਵੱਲੋਂ ਜਿਹੜਾ ਇਹ ਗੁੜ ਤਿਆਰ ਕੀਤਾ ਜਾ ਰਿਹਾ ਹੈਗਾ, ਤੁਸੀਂ ਗੁੜ ਹੈਗਾ, ਕੋਈ ਕੈਮੀਕਲ ਨਹੀਂ, ਕੈਮੀਕਲ ਰਹਿਤ ਇਹ ਗੁੜ ਤਿਆਰ ਕੀਤਾ ਜਾਵੇਗਾ। ਆਪਾਂ ਗੱਲ ਕਰਦੇ ਹਾਂ, ਮਿਸਤਰੀ ਵੀ ਸਾਡੇ ਨਾਲ ਜੁੜਿਆ, ਵੀਰ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਤੇਜਪਾਲ ਹੈ ਜੀ। ਕਰ ਰਹੇ ਹੋ ਇਹਦੇ 'ਚ ਕੀ ਪਾ ਰਹੇ ਹੋਗੇ? ਇਹ ਜੂਸ ਨਾਲ ਤਿਆਰ, ਗੰਨੇ ਨਾਲ ਤਿਆਰ ਹੁੰਦਾ ਜੀ। ਜੂਸ ਨਾਲ ਜੂਸ ਯਹਾਂ ਆਏਗਾ, ਫਿਰ ਅੱਗ ਆਏਗਾ, ਫਿਰ ਯਹਾਂ ਅੱਗ ਆ ਕੇ ਫਿਰ ਯਹਾਂ ਗੰਡ ਮੈਂ ਲਾ ਲਿਆਏਗੇ। ਅਤੇ ਜਿਹੜੀ ਸ਼ੱਕਰ ਤਿਆਰ ਕਰਦੇ ਹੋ ਉਹਦੇ 'ਚ ਕੀ ਕੁਛ ਪੈਂਦਾ? ਇਸਕੇ ਨਾਲ ਜੀ ਕੁਛ ਨਹੀਂ ਪੈਂਦਾ, ਸਵਾ ਖਾਣੇ ਦਾ ਸੋਡਾ ਪੈਂਦਾ। ਹੋਰ ਕੋਈ ਲੋਕ ਕਹਿੰਦੇ ਕੈਮੀਕਲ ਪੈਂਦਾ? ਨਾ, ਕੋਈ ਕੈਮੀਕਲ ਨਹੀਂ ਪੈਂਦਾ ਜੀ, ਕੋਈ ਕੈਮੀਕਲ ਨਹੀਂ ਪੈਂਦਾ। ਇਹ ਤੁਸੀਂ ਸੁਣ ਚੁੱਕੇ ਹੋਗੇ ਅਤੇ ਤੁਹਾਨੂੰ ਦਿਖਾ ਵੀ ਦੇਗੇ ਕਿਹੜਾ ਜਿਹੜੀ ਇਹ ਭਿੰਡੀ ਹੈਗੀ, ਇਸ ਦੇ ਰਸ ਨਾਲ ਜਿਹੜਾ ਇਹਨੂੰ ਸਾਫ਼ ਕੀਤਾ ਜਾਂਦਾ ਗਾ, ਇਹਦੇ 'ਚ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ ਗਾ। ਅਤੇ ਉਸ ਤੋਂ ਬਾਅਦ ਇਹ ਗੁੜ ਤਿਆਰ ਹੋ ਕੇ, ਜਿਹੜਾ ਸਿੰਪਲ ਗੁੜ ਹੈ, ਇਸ ਤਰ੍ਹਾਂ ਇਹ ਤਿਆਰ ਹੋ ਜਾਂਦਾ। ਵੀਰ ਵੱਲੋਂ ਇਹ ਤਿਆਰ ਕੀਤਾ ਗਿਆ ਗੁੜ ਹੈਗਾ, ਇਹ ਬਿਲਕੁਲ ਸਿੰਪਲ ਗੁੜ ਹੈਗਾ, ਇਹਦੇ 'ਚ ਕੋਈ ਕੈਮੀਕਲ ਨਹੀਂ ਗਾ। ਅਤੇ ਉਸ ਤੋਂ ਬਾਅਦ ਆਪਾਂ ਜੇ ਗੱਲ ਕਰਕੇ ਵੀਰ ਨਾਲ ਗੱਲ ਕਰ ਦਿਆਂਗੇ ਵੀ ਇਹ ਜਿਹੜੀ ਮਠਿਆਈ ਹੈਗੀ ਇਹ ਤਾਂ ਘਲਾੜੇ 'ਤੇ ਕਿਵੇਂ? ਤੁਸੀਂ ਦੇਖ ਰਹੇ ਹੋਗੇ ਵੀ ਇਹ ਜਿਹੜੀ ਮਠਿਆਈ ਹੈਗੀ, ਇਹ ਵੀਰ ਜੀ ਇਹ ਮਠਿਆਈ ਕਾਹਦੇ ਵਾਸਤੇ ਇੱਥੇ ਲਿਆਂਦੀ ਹੈਗੀ? ਮਠਿਆਈ ਨਹੀਂ, ਇਹ ਗੁੜਾ। ਮਠਿਆਈ ਦੀ ਤਰ੍ਹਾਂ ਹੁਣ ਪੀਸ ਬਣਾਉਣੇ ਪੈਂਦੇ ਆ ਜੀ, ਜਿਵੇਂ ਲੋਕਾਂ ਦੀ ਮੰਗ ਆਉਂਦੀ ਹੈ ਉਸ ਤਰ੍ਹਾਂ ਸਾਨੂੰ ਕਰਨਾ ਪੈਂਦਾ ਹੈਗਾ, ਪਰ ਵੈਸੇ ਇਹ ਗੁੜ ਹੈਗਾ, ਨੋਰਮਲ ਗੁੜ ਹੈ। ਮੈਂ ਤਾਂ ਅੱਗੇ ਜਦੋਂ ਦੇਖਦਾ ਹੁੰਦਾ ਕਈ ਵਾਰੀ ਕਢਾ ਕੇ ਵੀ ਲਿਆਉਂਦੇ ਸੀ, ਉਦੋਂ ਭੇਲੀਆਂ ਬਣਾਉਂਦੇ ਸੀਗੇ, ਐਡੀਆਂ 5-5 ਕਿਲੋ ਦੀਆਂ। ਪਰ ਹੁਣ ਤੁਸੀਂ ਤਾਂ ਇਹ ਮਠਿਆਈ ਦੇ ਟਾਈਪ ਸਾਰੇ ਕੁਛ ਇਹ ਡਰਾਈ ਫਰੂਟ ਵਾਂਗੂ ਜਿਵੇਂ ਲੱਗੇ ਹੁੰਦੇ ਹੈਗੇ, ਇਹ ਸਾਰੇ ਹੁਣ ਛੋਟੇ ਪੀਸ ਪਾਲਦੇ ਆ ਜੀ। ਹੁਣ ਕੋਈ ਵੀ ਹੈਗਾ, ਕੋਈ ਅਗਲਾ ਕਹਿੰਦਾ ਵੀ ਸਾਨੂੰ ਛੋਟਾ ਪੀਸ ਚਾਹੀਦਾ ਖਾਣ ਲਈ ਗੁੜ, ਔਰ ਫਿਰ ਸਾਰੇ ਉਸ ਤਰ੍ਹਾਂ ਦੇ ਅਸੀਂ ਗੁੜ ਬਣਾਉਣ ਲੱਗ ਗਏ। 12 ਤਰ੍ਹਾਂ ਦੇ ਗੁੜ ਬਣਾਉਣੇ ਆ, ਪਰ ਸਾਰਿਆਂ ਦੇ ਵਿੱਚ ਹੀ ਅਸੀਂ ਇਹ ਛੋਟੇ ਛੋਟੇ ਪੀਸ ਬਣਾਉਣੇ ਆ। ਜਿਵੇਂ ਇਹ ਡਰਾਈ ਫਰੂਟ ਵਾਲੀ ਹੈਗੀ, ਇਹ ਕਾਹਦੇ ਵਾਸਤੇ ਬਣਾਈ ਹੈਗੀ? ਜਿਵੇਂ ਕੋਈ ਵਿਆਹ ਸ਼ਾਦੀਆਂ 'ਚ ਤਾਂ ਨਹੀਂ ਵਰਤੀ ਜਾਂਦੀ ਕਿਤੇ? ਵਿਆਹਾਂ ਸ਼ਾਦੀਆਂ 'ਚ ਤਾਂ ਨਹੀਂ ਵੈਸੇ ਵਰਤੀ ਜਾਂਦੀ, ਪਰ ਵਿਆਹਾਂ ਸ਼ਾਦੀਆਂ ਜਦੋਂ ਦੇਣ ਜਾਂਦੇ ਆ ਕੋਈ, ਤਾਂ ਉਦੋਂ ਜ਼ਰੂਰ ਵਰਤੀ ਜਾਂਦੀ ਹੈਗੀ। ਹਾਂਜੀ, ਅੱਗੇ ਡੱਬੇ ਮਿਠਾਈ ਦੇ ਦਿੰਦੇ ਸੀਗੇ, ਹੁਣ ਸਾਡੇ ਤੋਂ ਗੁੜ ਦੇ ਡੱਬੇ ਡਰਾਈ ਫਰੂਟ ਵਾਲਾ ਗੁੜ ਬਣਵਾ ਕੇ ਸਪੈਸ਼ਲ ਪੈਕ ਕਰਵਾ ਕੇ ਲੈ ਕੇ ਜਾਂਦੇ ਆ। ਅਤੇ ਜਿਵੇਂ ਤੁਸੀਂ ਪੜ੍ਹੇ ਲਿਖੇ ਸੀਗੇ, ਘਰੇ ਕਿੰਨਾ ਕੁ ਸਹਿਯੋਗ ਮਿਲਦਾ ਹੈਗਾ ਵੀ ਤੁਸੀਂ ਸ਼ੁਰੂ ਕਰ ਲਿਆ ਖੇਤੀ ਦਾ? ਵੀ ਪੜ੍ਹਿਆ ਲਿਖਿਆ ਤਾਂ ਕੋਈ ਨੌਕਰੀ ਕਰਦਾ ਸੀਗਾ ਅਤੇ ਜਾਂ ਹੋਰ ਕਰਨਾ ਸੀਗਾ? ਘਰੇ ਤੋਂ ਪੂਰਾ ਸਹਿਯੋਗ ਮਿਲਦਾ ਜੀ, ਡੈਡੀ ਹੈਗੇ, ਬਾਕੀ ਉਹ ਪੂਰਾ ਨਾਲ ਮਦਦ ਕਰਾਉਂਦੇ ਹੈਗੇ, ਅਤੇ ਵਾਈਫ ਆ ਘਰੇ, ਉਹ ਵੀ ਪੋਸਟ ਗ੍ਰੈਜੂਏਟ ਆ, ਅਤੇ ਉਹ ਵੀ ਸਾਰਾ ਕੰਮ ਪੂਰਾ ਹੱਥ ਵਟਾਉਂਦੇ ਆ ਇਸ ਕੰਮ ਦੇ ਨਾਲ। ਇੱਥੇ ਵੀ ਤੁਹਾਡੇ ਨਾਲ ਆ ਕੇ ਸਹਿਯੋਗ ਕਰਦੇ ਹੋਣਗੇ, ਬਹਿੰਦੇ ਹੋਣਗੇ? ਹਾਂਜੀ, ਇੱਥੇ ਵੀ ਉਹ ਆ ਜਾਂਦੇ ਆ ਜੀ, ਹੁਣ ਡੈਡੀ ਨਾਲ ਕੰਮ ਕਰਵਾਉਂਦੇ ਆ, ਬਾਕੀ ਵਾਈਫ ਹੈਗੀ ਉਹ ਘਰੇ ਜਿਹੜਾ ਕੰਮ ਹੁੰਦਾ ਹੈਗਾ ਸਾਰਾ ਉਹ ਨਾਲ ਕਰਵਾਉਂਦੇ ਆ, ਬਾਕੀ ਇੱਥੇ ਆ ਕੇ ਵੀ ਉਹ ਹੈਲਪ ਕਰਵਾਉਂਦੇ ਆ। ਲੋਕ ਕਹਿੰਦੇ ਕਿ ਜਿਹੜਾ ਖੇਤੀ ਦਾ ਧੰਦਾ ਹੈਗਾ ਇਹ ਲਾਹੇਵੰਦ ਨਹੀਂ ਰਿਹਾ, ਤੁਹਾਡੇ ਵਾਸਤੇ ਕਿਸ ਤਰ੍ਹਾਂ ਦਾ ਲੱਗ ਰਿਹਾ? ਲਾਹੇਵੰਦ ਉਹ ਇਸ ਤਰ੍ਹਾਂ ਨਹੀਂ ਜੀ, ਹੁਣ ਮਤਲਬ ਜੇ ਆਪਾਂ ਹੁਣ ਇਕੱਲਾ ਕਣਕ ਝੋਨੇ 'ਤੇ ਹੋ ਜਾਵਾਂਗੇ ਤਾਂ ਫਿਰ ਉਹ ਲਾਹੇਵੰਦ ਅੱਜ ਕੱਲ੍ਹ ਨਹੀਂ ਵੀ ਹੈਗਾ, ਪਰ ਜੇ ਆਪਾਂ ਬਦਲਵੀਂ ਖੇਤੀ ਕਰਾਂਗੇ ਜਾਂ ਆਪਾਂ ਕੋਈ ਚੀਜ਼ ਪੈਦਾ ਕਰਾਂਗੇ ਉਹਨੂੰ ਪ੍ਰੋਸੈਸ ਕਰਕੇ ਵੇਚਾਂਗੇ ਤਾਂ ਉਹ ਲਾਹੇਵੰਦ ਹੈਗਾ। ਤੁਸੀਂ ਇਹਦੇ 'ਚੋਂ ਮੁਨਾਫਾ ਕਮਾ ਰਹੇ ਹੋਗੇ ਜੇ ਆਪਦੇ ਕੰਮ ਕਰਦੇ ਹੋ? ਹਾਂਜੀ, ਪੂਰਾ ਮੁਨਾਫਾ ਕਮਾ ਰਹੇ ਹਾਂ ਇਹਦੇ ਵਿੱਚ, ਔਰ ਗੰਨਾ ਹੈਗਾ, ਗੰਨਾ ਆਪਦਾ ਸਾਰਾ ਬੀਜਦੇ ਹਾਂ, ਗੰਨੇ ਨੂੰ ਸਾਰੇ ਨੂੰ ਪ੍ਰੋਸੈਸ ਕਰਕੇ ਵੇਚਦੇ ਹਾਂ, ਗੁੜ ਬਣਾ ਕੇ, ਸ਼ੱਕਰ ਬਣਾ ਕੇ, ਸਾਰਾ ਇੱਥੇ ਸਟੋਰ 'ਤੇ ਵੇਚਦੇ ਹਾਂ। ਇਹ ਤੁਸੀਂ ਸੁਣ ਚੁੱਕੇ ਹੋਗੇ ਕਿ ਸਾਰਾ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ ਆਪਦੇ ਵੱਲੋਂ ਤਿਆਰ ਕੀਤਾ ਜਾਂਦਾ ਹੈਗਾ। ਇੱਥੇ ਤੁਸੀਂ ਦੇਖ ਰਹੇ ਹੋ ਇਹ ਸ਼ੱਕਰ ਵੀ ਤਿਆਰ ਕੀਤੀ ਜਾ ਰਹੀ ਹੈ, ਬਿਲਕੁਲ ਸਾਫ਼ ਸ਼ੱਕਰ ਹੈਗਾ, ਤੁਸੀਂ ਦੇਖ ਰਹੇ ਹੋਗੇ ਵੀ ਬਿਲਕੁਲ ਇਹ ਜਿਹੜੀ ਹੈਗੀ ਬਿਨਾਂ ਕੈਮੀਕਲ ਤੋਂ ਕੋਈ ਸਾਰੀ ਸ਼ੱਕਰ ਹੈਗੀ ਜਾਂ ਗੁੜ ਹੈ ਇੱਥੇ ਤਿਆਰ ਕੀਤੇ ਜਾਂਦੇ ਹੈਗੇ। ਆ ਵੀ ਦੇਖ ਰਹੇ ਹੋਗੇ ਵੀ ਇਹ ਜਿਹੜੀ ਇਹ ਸ਼ੱਕਰ ਹੈ ਮਿਸਤਰੀਆਂ ਵੱਲੋਂ ਤਿਆਰ ਕੀਤੀ ਜਾ ਰਹੀ ਹੈਗੀ, ਅਤੇ ਹੁਣ ਇਸ ਤੋਂ ਬਾਅਦ ਇਹ ਜਦੋਂ ਇਹ ਤਿਆਰ ਕਰਨਗੇ ਤਾਂ ਇਹ ਸ਼ੱਕਰ ਤਿਆਰ ਹੋ ਜਾਵੇਗੀ। ਇਹ ਦੇਖ ਰਹੇ ਹੋਗੇ ਇਹ ਸ਼ੱਕਰ ਤਿਆਰ ਹੋ ਜਾਏਗੀ, ਪਰ ਇਹਦੇ 'ਚ ਕੋਈ ਵੀ ਕੈਮੀਕਲ ਨਹੀਂ ਪਾਇਆ ਗਿਆ, ਇਹ ਬਿਨਾਂ ਕੈਮੀਕਲ ਤੋਂ ਹੀ ਸਾਰੀ ਜਿਹੜੀ ਇਹ ਸ਼ੱਕਰ ਹੈ ਇਹ ਤਿਆਰ ਹੁੰਦੀ ਹੈ, ਗੁੜ ਤਿਆਰ ਹੁੰਦੇ ਹੈਗੇ। ਸਿਰਫ ਇਹ ਸ਼ੱਕਰ 'ਚ ਜਿਹੜਾ ਮਿੱਠਾ ਸੋਡਾ ਪਾਇਆ ਜਾਂਦਾ, ਇਸ ਤੋਂ ਬਗੈਰ ਹੋਰ ਕੋਈ ਕੈਮੀਕਲ ਨਹੀਂ ਪਾਇਆ ਜਾਂਦਾ, ਅਤੇ ਜਿਹੜੇ ਗੁੜ ਹੈਗੇ ਇਹ ਵੀ ਸਿੰਪਲ ਤਿਆਰ ਕੀਤੇ ਜਾਂਦੇ ਆ, ਕੋਈ ਬਿਨਾਂ ਕੈਮੀਕਲ ਤੋਂ ਇਹ ਸਾਰੇ ਜਿਹੜੇ ਗੁੜ ਤਿਆਰ ਕੀਤੇ ਜਾਂਦੇ ਆ। ਬਠਿੰਡਾ ਤੋਂ ਅਜੀਤ ਟੀਵੀ ਲਈ ਨਾਇਬ ਸਿੰਘ ਸਿੱਧੂ ਦੀ ਰਿਪੋਰਟ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ।
ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇਹਨਾਂ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼, ਅਜੀਤ।